ਪਰਮ ਨਾਲ ਛੋਟਾ ਸਦਾਵ ਹੁਸ਼ਿਆਰ ਪਰਿਆ ਪਰ ਕਦੇ ਗਿਆ ਨੀ ਕਹਿੰਦਾ ਉਧਰ ਸ਼ੌਂਕ ਜਿਹੜਾ ਪਹਿਲਵਾਨੀ ਦਾ ਇਹ ਦੋਨੋਂ ਨੌਜਵਾਨ ਗੁੱਜਰ ਬਰਾਦਰੀ ਨੂੰ ਬਿਲੋਂਗ ਕਰਦੇ ਹੈ ਅਰ ਕਹਿ ਲੋ ਵੀ ਗਰੀਬ ਪਰਿਵਾਰਾਂ ਦੇ ਵਿੱਚੋਂ ਹੈ ਜਿਹੜੇ ਉੱਠ ਕੇ ਆਪਣੇ ਸੁਪਨੇ ਜਿਹੜੇ ਪੂਰੇ ਕਰ ਰਹੇ ਹਾਂ ਆਪਣੀ ਮਿਹਨਤ ਦੇ ਨਾਲ ਸਾਰੇ ਮਨ ਜਿਹੜੇ ਆਪਣੇ ਸੁਪਨੇ ਪੂਰੇ ਕਰਦੇ ਹੈ ਨਹੀਂ ਓਰੀਸਾ ਆਦਰ ਜਦ ਅਸੀਂ ਕੁਸ਼ਿਆ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਤਾਲਬ ਦੇ ਛੋਟਾ ਸਦਾਮ ਛੋਟੀ ਗੁੱਜਰ ਨਹੀਂ ਓਰੀਸਾ ਕਹਿੰਦਾ ਅਦਰਕ ਸ਼ਾਹ ਦੇ ਜਵਾਨ ਚੰਗੇ ਬਿਮਾਰੀਆਂ ਨੂੰ ਨਸ਼ਾ ਆਸ਼ਕੀ ਆਲਸ ਮਾਰ ਖਿਡਾਰੀਆਂ ਨੂੰ ਚੰਗੇ ਉਸਤਾਦ ਦੇ ਚੰਗੇ ਉਹ ਬੰਦੇ ਸੌਖੇ ਢਹਿਦੇ ਨਾ ਸਿੰਘ ਸ਼ੇਰ ਦੇ ਬਾਜ ਕਦੇ ਗੁਲਾਮੀ ਸਿੰਧੇ ਨਾ ਕਹਿੰਦਾ ਸਿੰਘ ਸ਼ੇਰ ਦੇ ਬਾਜ ਕਦੇ ਗੁਲਾਮੀ ਸਿੰਧੇ ਨਾ ਚੰਗੇ ਉਸਤਾਦਾਂ ਦੇ ਚੰਡੇ ਹੋਏ ਨੌਜਵਾਨਾਂ ਕਿਹੜੇ ਮੈਦਾਨਾਂ ਦੇ ਵਿੱਚ ਆਪਣੇ ਜੋਹਰ ਦਿਖਾਉਂਦੇ ਆ ਕਹਿੰਦਾ ਉਹੀ ਸੂਰਜਾਂ ਨੂੰ ਕਰਦੇ ਆ ਟਿੱਚਰਾ ਜਿਹੜੇ ਰੱਖ ਦੇ ਜਿੱਤਣ ਦੀ ਆਸਾ ਕਰਾਂ ਹੌਲੀ ਹੌਲੀ ਦੇਖੀ ਰੇ ਛਡਾਉਣੀਆਂ ਇਹ ਕਾਰੀਆਂ ਜੋ ਰਾਤਾਂ ਬੱਲਿਆ ਆ ਦੁਨੀਆਂ ਤੇ ਕਰ ਲੈਣਾ ਕਬਜ਼ਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ ਓਏ ਹਾਲੇ ਤਾਂ ਸ਼ੁਰੂਆਤਾਂ ਬੱਲਿਆ ਓਏ ਸਭ ਬੱਲੇ 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 ਹਾਏ 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 ਬੱਲੇ ਬੱਲੇ ਆ ਕੌਣ ਬਲਵੀਰ ਬਾਈ ਹਾਂਜੀ ਇਹ ਸ਼ੇਰ ਇਹਨਾਂ ਮੱਲਾਂ ਦੇ ਜ਼ਰੂਰ ਪੂਰਾ ਫਸਦਾ ਮਿਹਨਤਾਂ ਦੇ ਨਾਲ ਇਹਨਾਂ ਨੇ ਚੰਗੇ ਦਿਨ ਲਿਆਉਂਦੇ ਆ ਗੱਭਰੂਆਂ ਨੇ ਖੁਰਾਕਾਂ ਦੇ ਮੁੱਲ ਜਾ ਰਹੇ ਆ ਆਪਣੀ ਮਿਹਨਤ ਦੇ ਸਿਰ ਤੇ ਇਹਨਾਂ ਦੋਨਿਆਂ ਵਿੱਚ ਆਈ ਹੈ ਕਦੇ ਲੋਕੀ ਤਾਲਬ ਦੀਆਂ ਗੱਲਾਂ ਕਰਦੇ ਹੈ ਕਦੇ ਛੋਟੇ ਸਦਾਮ ਦੀਆਂ ਕਰਦੇ ਹੈ ਕਦੇ ਰਾਜੂ ਦੀਆਂ ਕਰਦੇ ਕਦੇ ਜੋਗੀ ਦੀਆਂ ਕਰਦੇ ਹੈ ਬਾਬਾ ਭਾਰ ਕਰ ਦਿੰਦੇ ਹੈ ਆਹ ਮੁੰਡੇ ਦਰਸ਼ਕਾਂ ਨੂੰ ਬਾਬਾ ਭਾਰ ਕਰ ਦਿੰਦੇ ਹੈ ਚੰਗੀ ਵਿਖਾਉਂਦੇ ਨੇ ਫਿਕਰ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਇਸ ਮੈਦਾਨ ਵਿੱਚ ਖੇਡਣ ਅਸੰਬਲੀ ਪੈੜਾ ਪਾ ਜਾਂਦੇ ਝੋਟੀ ਤੇ ਹੈ ਹੁਣ ਕਿਹਨੇ ਬੱਲੇ ਬੱਲੇ ਕਰਵਾਉਣੀ ਹੈ ਗੱਲ ਜਿਹੜੀ ਸਮੇਂ ਦੀ ਹੈ ਭਗਵਾਨੀ ਕਰਨੀ ਭਗਤੀ ਕਰਨੀ ਔਰ ਤਪੱਸਿਆ ਦੀ ਸਾਰੀ ਗੱਲ ਹੁੰਦੀ ਕਿ ਮਿਹਨਤਾਂ ਦੀ ਅੱਗ ਵਿੱਚ ਪੈਂਦਾ ਸਰੀਰ ਸਾੜਨਾ ਗੱਲ ਫੇਰ ਜਾ ਕੇ ਸਾਰੀ ਹੱਲ ਹੁੰਦੀ ਕਿ ਚੱਪੜ ਚਿੜੀ ਵਾਲਾ ਉਹ ਗੱਲਾਂ ਕਰੇ ਸੱਚੀਆਂ ਕਿ ਕਹਿਣੀਆਂ ਤੇ ਮਾਰਾ ਉਸਤਾਦਾਂ ਦੀਆਂ ਉਹ ਖਾਣੀ ਹੁੰਦੀ ਬੱਲੇ 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 ਨਾ ਨਿਕਲ ਕੇ ਸਾਹਮਣੇ ਆਇਆ ਰਾਜੀ ਜਹਰ ਰਾਜੇ ਵਾਲ ਵਾਲਾ ਜੋਤੀ ਗੁੱਜਰ ਗੁਰੂ ਹਨੁਮਾਨ ਖੜਾ ਦਿੱਲੀ ਇੱਧਰ ਚੱਲਦੀ ਹੈ ਕੋਈ ਛੋਟਾ ਸਲਾਮ ਤੇ ਨਾਲ ਤਾਲਵਾ ਹਲਾਹੀ ਵਾਲਾ ਭਾਈ ਕਮਾਂਡਰ ਅਜਨਾਲਾ ਤਿਆਰ ਹੋ ਜੇ ਹਰੀ ਪ੍ਰਿਥਵੀ ਰਾਜ ਮੋਲੇ ਮਹਾਰਾਸ਼ਟਰ ਹਰੀ ਪ੍ਰਿਥਵੀ ਪਹਿਲਵਾਨ ਫਗਵਾੜਾ ਤੁਹਾਨੂੰ ਪਹਿਲਵਾਨ ਕਾਂਗੜਾ ਤਿਆਰੀ ਕਰਦੇ ਹੋ ਚਾਰੋ ਵਾਲੇ ਜਿਹੜੇ ਤਿਆਰ ਵਾਲ ਤਿਆਰ ਹੋ ਜਾਓ ਸਾਰੇ ਮਾਲੇ
ਤਿਆਰ ਹੋ ਜਾਓ। ਕਦੋਂ ਪਹਿਲਵਾਨ ਵੱਜਦੇ ਆਏ ਮਿੱਤਰੋ, ਜਹਾਜ਼ਾਂ ਨੂੰ ਨੀ ਰੋੜੇ ਵੱਜਦੇ, ਕਦੋਂ ਆਪਣੇ ਅੱਗੂ ਮੁਰੇ ਵਾਲੇ ਡਿਗਰੀ ਚੋਰਾ ਮੂਰੇ ਆਉਂਦੇ ਆ ਜਦੇ ਸੋਹਣਿਆ ਜ਼ਿੰਦਗੀ ਜਿਉਣ ਦਾ ਮਾੜੇ ਸਮੇਂ ਰੱਬ ਵੀ ਦਿਖਾਉਂਦਾ ਉਸ ਨੂੰ ਜਿਹਦੇ ਵਿੱਚ ਤਨ ਹਿੱਕ ਤੇ ਹਟਾਉਂਦਾ ਰਾਤਾਂ ਦੀਆਂ ਨਿੰਦਰਾਂ ਤਿਆਗ ਸਕਣਾ ਚੱਲਿਆ ਜਵਾਨਾ ਖੁਸ਼ੀਆਂ ਕਮਾਉਣ ਨੂੰ ਮਿਹਰਤਾ ਦੀ ਸੂਈ ਰੱਖ ਲਾ ਤੱਕ ਜਿਹੜਾ ਨਾ ਭਾਈ ਅੰਦਰ ਜਾ ਕੇ ਦਿੱਤਾ ਜਾਣਾ ਸੂਰਜਾਂ ਨੂੰ ਕਰਦੇ ਆ ਪਿਕਚਰਾਂ ਜਿਹੜੇ ਰੱਖ ਦੇ ਜਿੱਦਣ ਦੀਆਂ ਫਿਕਰਾਂ ਹੌਲੀ ਹੌਲੀ ਵੇਖੀ ਰਿਸ਼ਨਾਉਣੀਆਂ ਕਾਰੀਆਂ ਜੋ ਰਾਤਾਂ ਬੱਲਿਆ ਉਹ ਦੁਨੀਆਂ ਤੇ ਕਰ ਲੈਣਾ ਕਬਜ਼ਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ ਤੇ ਦੁਨੀਆਂ ਤੇ ਕਰ ਲੈਣਾ ਕਬਜ਼ਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ ਨਹੀਂ ਹੋ ਰਹੀ ਤਾਂ ਹਾਲੇ ਤਾਂ ਕੁਸ਼ਤੀਆਂ ਸ਼ੁਰੂ ਹੋਈਆਂ ਅੱਗੇ ਚੱਲਦੀ ਸੀ ਕੁਸ਼ਤੀ ਮੈਦਾਨ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਇੱਕ ਪਾਸੇ ਕਾਲਬ ਤੇ ਛੋਟਾ ਸਦਾਮ ਵਾਹ ਜੀ ਦਾ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵਾਕਈ ਤੇਰੇ ਦਾ ਮਾਲਿਕ ਹੈ ਉਧਰ ਵਿਸ਼ੂ ਪਹਿਲਵਾਨ ਪੰਚਕੁਲੇ ਵਾਲਾ ਸਾਡੇ ਦਰਮਿਆਨ ਬਹੁਤ ਜਲਦ ਪੁੱਜਣ ਵਾਲੀ ਹੈ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਪਰ ਇਧਰਲੇ ਪਾਸੇ ਚੋਟੀ ਦਾ ਸਿਰੇ ਦਾ ਮਾਲਿਕ ਦਾ ਕਿ ਜਦ ਲੋਹਾ ਲੋਹੇ ਨੂੰ ਕੱਟਦਾ ਏ ਫਿਰ ਭਾਬੜ ਮੱਚੇ ਗਿਆਰਿਆਂ ਦਾ ਹਰ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਉੱਲ ਪੈਂਦਾ ਨੀ ਉੱਤੇ ਲਲਕਾਰਿਆਂ ਦਾ ਉੱਲ ਪੈਂਦਾ ਨੀ ਉੱਤੇ ਲਲਕਾਰਿਆਂ ਦਾ ਇਧਰਲੇ ਪਾਸੇ ਚੌਂਡੀ ਚੌਂਡੀ ਦੇ ਨਾਲ ਰਾਜੂ ਆਦਰ ਤਾਲਬ ਦੇ ਛੋਟਾ ਸਦਾਮ ਹਸ਼ਿਆਰ ਪਰ ਵਾਹ ਬਈ ਵਾਹ ਨਹੀਂ ਹੋਰੀ ਸਾਂ ਕਹਿੰਦਾ ਬਹੁਤ ਹੀ ਟਟੀਰੀ ਜਦੋਂ ਚੋਖੇ ਤਾਰ ਨੂੰ ਓਏ ਉਦੋਂ ਮਾਲ ਉੱਠ ਲਾਉਂਦੇ ਨੇ ਰਮਾਲੀਆਂ ਸੂਈ ਦੇ ਨੱਕੇ ਚੋਂ ਸੋਨੀ ਪੈਂਦਾ ਲੰਗਣਾ ਕਹਿੰਦਾ ਕਰਨੀਆਂ ਗੱਲਾਂ ਉਹਦੇ ਨੇ ਸਿਖਾ ਲਈਆਂ ਕਿ ਇੱਕੋ ਦਿਨ ਜਾਂਦਾ ਨੀ ਸਟਾਰ ਬਣਿਆ ਉਹ ਰੋੜਾ ਰੋੜਾ ਲਾ ਕੇ ਮਹਿਲ ਜਾਂਦੇ ਨੇ ਜਿਹੜੇ ਇੱਕੋ ਸੂਈ ਦੇ ਵਿੱਚ ਚੱਜ ਨਾਲ ਲੱਗਦੇ ਪਹਿਲੀ ਜੋੜ ਵਾਲਿਆਂ ਤੋਂ ਡੋਡ ਜਾਂਦੇ ਨੀ ਗਿਣੇ ਪਹਿਲੀ ਜੋੜ ਵਾਲਿਆਂ ਤੋਂ ਡੋਡ ਜਾਂਦੇ ਨੀ ਗਿਣੇ ਭਾਈ ਤਾੜੀਆਂ ਲਾਓ ਦੋਨੋਂ ਪਹਿਲਵਾਨਾਂ ਦੇ ਲਈ ਜ਼ੋਰਦਾਰ ਚਾਰੋ ਤਾੜੀਆਂ ਖਿੱਚ ਕੇ ਇੱਧਰ ਵਾਲੇ ਦੋਨਾਂ ਲਈ ਵੀ ਲਾਓ ਚਾਰੋ ਜਿਹੜੇ ਸੁਪਰ ਸਟਾਰ ਹੈ ਅੱਜ ਦੇ ਸਮੇਂ ਦੇ ਸੁਪਰ ਸਟਾਰ ਹੈ ਸੁਪਰ ਸਟਾਰ ਨੇ ਵਾਕਈ ਕਹਿੰਦਾ ਸੁਪਰ ਸਟਾਰ ਯੁੱਧ ਹੋ ਗਿਆ ਚਾਹੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਤਾਲਬ ਦੇ ਨਾਲ
ਦੋਨੋਂ ਕੁਰਸੀਆਂ ਲਾਈਨ ਦੇ ਵਿੱਚ ਆ ਗਏ। ਅਸੀਂ ਇਸ ਕਰਕੇ ਕਹਿੰਦੇ ਹਾਂ ਚਲੋ ਪਹਿਲਵਾਨ ਜੀ ਕਹਿੰਦੇ ਖੋਤਰਾ ਸਿਖਾਉਂਦੀਆਂ ਨੇ ਮੰਨ ਜਾਣ ਦਾ ਹਰ ਥਾਰੀ ਤੇ ਬਰੋਸ ਕੋਈ ਦਿੰਦਾ ਰਾਜਨਾ ਹਰ ਸੂਰਜ ਦੇ ਵਾਂਗੂ ਸੋਨੀ ਪੈਂਦਾ ਕਪੜਾ ਕਹਿੰਦਾ ਮੰਗਦੇ ਸਿਰਾਂ ਦੇ ਉੱਤੇ ਸੋਹਣਾ ਤਾਜਨਾ ਇਹ ਹਾਰਾ ਦਿੱਤਾ ਉਸ ਪਰਮਾਤਮਾ ਦੇ ਹੱਥ ਹੰਦੀ ਸੋਨੇ ਦੇ ਸੁਹਾਗਾ ਜੀ ਵਾਲੀ ਮਿੱਤਰ ਉਹਨਾਂ ਦੇ ਹੀ ਪੈਰ ਕਾਮਯਾਬੀ ਚੁੰਮਦੀ ਉਹ ਸੁੱਤੇ ਪੈ ਵੀ ਜੋ ਰੱਖਦੇ ਯਾਰੀ ਮਿੱਤਰ ਸੁੱਤੇ ਪੈ ਵੀ ਜੋ ਰੱਖਦੇ ਯਾਰੀ ਮਿੱਤਰ ਆਦਰ ਤਾਲ ਤੇ ਛੋਟਾ ਸਦਾਵਾ ਇਧਰਲੇ ਪਾਸੇ ਰਾਜੂ ਤੇ ਜੰਮੀ ਹੈ ਕਹਿੰਦਾ ਫਕਾਲ ਜੋ ਕੇ ਵਿੱਚ ਬੰਦਾ ਚੰਨ ਹੋਣਾ ਚਾਹੀਦਾ ਕੁਰਸੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਘਰ ਦੀ ਲੜਾਈ ਗੱਲ ਆਮ ਮੈਰੀ ਵਾਲਿਆ ਉਹਦੇ ਸੂਰ ਦੇ ਜੋ ਕੋਮਾ ਪਿੱਛੇ ਲੜ ਜਾਂਦੇ ਨੇ ਜਮੀਨੀਆਂ ਦੀਆਂ ਤਾਂ ਬੱਲੇ ਟੰਗਰਾ ਹੀ ਹੁੰਦੀਆਂ ਉਹ ਸਿੰਘ ਕੁੰਡੀਆਂ ਦੇ ਪੱਲੋ ਪੱਲੀ ਅੜ ਜਾਂਦੇ ਨੇ ਸਿੰਘ ਕੁੰਡੀਆਂ ਦੇ ਪੱਲੋ ਪੱਲੀ ਅੜ ਜਾਂਦੇ ਨੇ ਰਾਤ ਕੁੰਡੀਆਂ ਦੇ ਸਿੰਘ ਫਸੇ ਮੈਦਾਨ ਵਿੱਚ ਐਨਾ ਬੱਬਰ ਸਿਰਾਂ ਦੇ ਦਰਮਿਆਨ ਚੱਲਦੇ ਫਿਰ ਮੰਗ ਦੇ ਤੁਹਾਡੇ ਸਾਹਮਣੇ ਆ ਹਾਰਾਂ ਦੇ ਤਮ ਕਦਰਾਂ ਦੀਆਂ ਖੇਡਾਂ ਦੇਖਾਂਗੇ ਵੀ ਕਿਹੜਾ ਜਿੱਤ ਦਾ ਕਿਹੜਾ ਹਰ ਦਾ ਬੰਦ ਸਮਝਦੀ ਹਾਂਜੀ ਲਓ ਸਿਰੇ ਦਾ ਜਿਹੜਾ ਮੰਗ ਹੁੰਦਾ ਚੋਟੀ ਦਾ ਜਦੋਂ ਟਾਪ ਦਾ ਮੰਗ ਚੱਲ ਰਿਹਾ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਦਾ ਮੈਂ ਜਿੱਥੇ ਸਟਾਫ ਲੋਕ ਪੁੱਜੇ ਹੋਏ ਹੈ ਵਿਸ਼ੇਸ਼ ਤੌਰ ਤੇ ਉਹਨਾਂ ਦਾ ਵੀ ਧੰਨਵਾਦ ਹੈ ਅਗਲੀ ਕੁਸ਼ਤੀ ਦੇ ਪਹਿਲਵਾਨ ਬਿਲਕੁਲ ਤਿਆਰੀ ਦੇ ਵਿੱਚ ਰਹਿਣਾ ਸਿਰੇ ਦੇ ਮੱਲਾਂ ਦੇ ਦਰਮਿਆਨ ਉਸ ਚੋਟੀ ਦਾ ਮੰਗ ਦੋਣਾ ਉਧਰ ਆਪਾਂ ਧੰਨਵਾਦ ਕਰਦੇ ਹਾਂ ਜਿੱਥੇ ਐਨ ਕੇ ਜੋ ਕੁਸ਼ਤੀਆਂ ਦੇ ਪ੍ਰਸਿੱਧ ਬੁਲਾਰਿਆਂ ਦੇ ਵਿੱਚ ਨਾਮ ਹੈ ਵੱਡਾ ਵੀਰ ਕੁਲਵੀਰ ਸਿੰਘ ਜੀ ਕਾਈਨਾਰ ਤੇ ਨਾਲ ਜਿੱਥੇ ਸਾਡੇ ਉਸਤਾਦ ਲੋਕ ਨੇ ਲੰਬੇ ਸਮੇਂ ਤੋਂ ਪਹਿਲਾਂ ਭਰਵਾਨੀ ਵੀ ਕੀਤੀ ਹੈ ਫਿਰ ਐਨ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹੈ ਨਾਜਰ ਪਹਿਲਵਾਨ ਜੀ ਖੇੜੀ ਵਾਲੇ ਦੇ ਨਾਲ ਸ਼ਿਵ ਬੈਂਕ ਬੰਦੀ ਸਾਰੇ ਬੁਲਾਰਿਆਂ ਦਾ ਧੰਨਵਾਦ ਕਰਾਂਗੇ ਅੰਦਰਲੇ ਪਾਸੇ ਐਸੀ ਰਾਈਏ ਵਾਲਾ ਸਾਡਾ ਛੋਟਾ ਵੀਰ ਹੈ ਉਹ ਵੀ ਪੁੱਜਿਆ ਬੁਲਾਰਾ ਪਾਈਏ ਵੀ ਬਣੀਆ ਸਾਡਾ ਵੀਰ ਹੈ ਜੱਸੀ ਰਾਈਏ ਵਾਲ ਵੱਡੀਆਂ ਸਲਾਮਾਂ ਦਿੱਤੀਆਂ ਆਦੇ ਸਦਨ ਦੇ ਵਿੱਚ ਜੱਸੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅੰਦਰ ਪਰ ਚੱਲਦੇ ਅਸੀਂ ਕੁਸ਼ਤੀਆਂ ਦੀ ਗੱਲ ਕਰੀਏ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਮਦਾਨੋ ਕਦੇ ਚੜ ਕੇ ਨੀ ਭੱਜਦੀ ਆਹ ਗੱਲਾਂ ਟਿਕਾਣੇ ਨੇ ਇਧਰਲੇ ਪਾਸੇ ਹੀ ਚੱਲਦਾ ਹੋਇਆ ਪੈਸੇ ਪੂਸੇ ਵਾਲਾ ਬੰਦਾ ਵੱਡਾ ਵੇਖ ਕੇ ਔਰ ਨਹੀਓ ਔਰ ਛਿੱਟੇ ਮਾਰੀ ਦੇ ਤੇ ਹਰ ਇੱਕ ਨਾਲ ਨਹੀਓ ਔਰ ਦਿਲ ਖੋਲਾ ਕਿ ਘਰ ਦੂਰ ਹੁੰਦੇ ਯਾਰੀ ਦੇ ਕਿ ਜਿੱਥੇ ਅੱਖਾਂ ਤੇ ਗੱਲ ਆ ਜੇ ਭੋਜਨ ਵਾਲਿਆ ਉਹ ਉੱਥੇ ਪਾਨੇ ਵਾਂਗੂ ਅੜ ਜਾਂਦੇ ਆ ਤੇ ਮਰੇ ਦਿਆ ਉਹ ਪੋਚਾ ਪਾਣ ਬਥੇਰੇ ਤੇ ਫਾਇਦਾ ਉਹ ਜਿਹੜਾ ਬੰਦੇ ਦੇ ਨਾਲ ਖੜ ਜਾਂਦੇ ਆ ਤੇ ਫਾਇਦਾ ਤਾਂ ਉਹ ਜਿਹੜਾ ਬੰਦੇ ਦੇ ਨਾਲ ਖੜ ਮਾਮੂ ਪਰ ਉਹਨਾਂ ਦੇ ਵੱਡਾ ਧੰਨਵਾਦ ਹੈ ਬਾਈ
ਪ੍ਰਬੰਧਕ ਟੀਮ ਆਖ ਰਹੀ ਹੈ ਵੀ ਤਾਲਬ ਤੇ ਸਦਾਮ ਕੁਸ਼ਤੀ ਦੇ ਵਿੱਚ ਲਿਆਓ ਤੇ ਜੀ ਵੱਲੋਂ ਬੇਨਤੀ ਹੈ। ਪ੍ਰਬੰਧਕ ਟੀਮ ਆਖ ਰਹੀ ਹੈ ਬੇਨਤੀ ਹੈ ਬਾਈ ਲਿਆਓ ਤੇ ਜੀ ਲਾਓ ਤੇ ਚਾਹੁੰਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿਸਦਾ ਕੌਣ ਹਰਦਾ ਹੈ। ਬਾਤ ਸਮਝਦੀ ਹੈ ਇਸਦਾ ਹਰ ਅਮਰਿੰਦਰਾਂ ਦੀ ਖੇਡ ਹੈ। ਚਲੋ 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 ਸ਼ਾਬਾਸ਼ ਸ਼ਾਬਾਸ਼ ਕਰਤਾ ਮੈਂ ਕੇ ਗੂੰਜਦੀ ਟਕ ਸੀਨਾ ਤੜਕੇ ਓਏ ਨਾਲ ਮਾਸ ਦੇ ਹਿੱਕਾਂ ਗੁੰਦੀਆਂ ਫੜਦੇ ਨੇ ਯਾਰ ਅੜ ਕੇ ਭਾਈ ਸਾਹ ਰੋਕ ਕੇ ਲੋਕੀ ਵੇਖਦੇ ਸੁੱਖੀਆਂ ਦੇ ਨਾਲ ਫੜ ਕੇ ਕਹਿੰਦਾ ਜੋਰਾਂ ਵਾਲੇ ਜੋਰ ਪਰ ਰੱਖਦੇ ਵਿੱਚ ਮੈਦਾਨੀ ਖੜ ਕੇ ਭਾਈ ਜੋਰਾਂ ਵਾਲੇ ਜੋਰ ਪਰ ਰੱਖਦੇ ਵਿੱਚ ਮੈਦਾਨੀ ਖੜ ਕੇ ਵਾਕੇ ਚਾਹਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਰਾਜਾ ਪਹਿਲਾਂ ਦੀ ਕਿੰਨਾ ਸਮਾਂ ਬੀਤਿਆ ਜੀ ਕੁਸ਼ਤੀ ਦਾ ਹਾਂਜੀ ਕਰਮ ਰਾਜੀ ਸੋਲਾ ਧੰਨਵਾਦ
ਉਂਗਲੀਆਂ ਖੜੇ ਤੋਂ ਕਿੰਨਾ ਸਮਾਂ ਬਾਕੀ? ਇੱਕ ਮਿੰਟ ਦਾ ਸਮਾਂ ਬਾਕੀ, ਰਹਿ ਗਏ ਭਾਈ ਸਲਾਮ ਦੇ ਤਾਲਮ ਦੀ ਕੁਸ਼ਤੀ ਦਾ ਸਮਾਂ ਜਿਹੜਾ ਸੈਕਿੰਡਾਂ ਦਾ ਬਾਕੀ ਹੈ। ਹੈਲੋ ਬਈ, ਬੜੀ ਤਕੜੀਆਂ ਕੁਰਸੀਆਂ ਚੱਲਦੇ ਨੇ ਦਰਸ਼ਕ ਵੀਰੋ। ਦੁਆਪਰ ਯੁੱਗ ਦੇ ਅਵਤਾਰ ਸਿੰਘ ਕ੍ਰਿਸ਼ਨ ਮਹਾਰਾਜ ਜੀ ਨੇ ਗੀਤਾਂ ਦੇ ਵਿੱਚ ਲਿਖੇ ਵੀ ਜੇ ਤੁਸੀਂ ਕਲਯੁੱਗ ਦੇ ਵਿੱਚ ਮੇਰੇ ਦਰਸ਼ਨ ਕਰਦੇ ਹੋ ਤਾਂ ਤਿੰਨ ਰੂਪ ਦੇ ਵਿੱਚ ਤੁਸੀਂ ਮੇਰੇ ਦਰਸ਼ਨ ਕਰ ਸਕਦੇ ਹੋ। ਜਦੋਂ ਲਾਣਾ ਸਿਹਰੇ ਵੱਜ ਕੇ ਜੰਗ ਕਰਦਾ ਹੋਵੇ ਉਹਦੇ ਤੁਸੀਂ ਦਰਸ਼ਨ ਕਰਦੇ ਹੋ, ਉਹਦੇ ਵਿੱਚ ਮੇਰਾ ਰੂਪ ਹੋਊਗਾ। ਗੰਮਾਂ ਦੇ ਬੱਟ ਦੇ ਵਿੱਚ ਇਕੱਠਾ ਜਾਂਦਾ ਹੋਵੇ ਉਹਦੇ ਤੁਸੀਂ ਦਰਸ਼ਨ ਕਰਦੇ, ਉਹਦੇ ਵਿੱਚ ਮੇਰਾ ਰੂਪ ਹੋਊਗਾ। ਅਖਾੜੇ ਦੇ ਵਿੱਚ ਪਹਿਲਵਾਨ ਮੱਲ ਯੁੱਧ ਕਰਦਾ ਹੋਵੇ, ਜੱਟੀਆਂ ਸੱਜੀਆਂ ਦਾ ਲਗੋਟਾ ਪਾ ਕੇ ਕੁਸ਼ਤੀ ਕਰਦਾ ਹੋਵੇ ਉਹਦੇ ਤੁਸੀਂ ਦਰਸ਼ਨ ਕਰਦੇ, ਉਹਦੇ ਵਿੱਚ ਮੇਰਾ ਰੂਪ ਹੋਊਗਾ। ਅੱਜ ਤੁਸੀਂ ਸਾਡੇ ਯੋਧਿਆਂ ਦੇ ਗੁਰੂਆਂ ਪੀਰਾਂ ਫਕੀਰਾਂ ਦੇ ਵੀ ਦਰਸ਼ਨ ਕਰਦੇ ਹੋ, ਬੜੀਆਂ ਤਕੜੀਆਂ ਦਰਸ਼ ਵੀ ਹੋ। ਇੱਕ ਮੈਂ ਤੁਹਾਨੂੰ ਵਾਅਦੇ ਨਾਲ ਕਹਿਣਾ, ਇਹੀ ਕੁਸ਼ਤੀ ਜਿਹੜੇ ਮਹਾਰਾਸ਼ਟਰ ਦੇ ਵਿੱਚ ਉਹਦੇ ਦੋਵੇਂ ਕੁਸ਼ਤੀਆਂ ਇਹ ਸੱਤ ਲੱਖ ਤੋਂ ਘੱਟ ਨਹੀਂ ਹੁੰਦੀਆਂ ਜਿਹੜੀਆਂ ਅੱਜ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਜ਼ੋਰਦਾਰ ਤਾੜੀ ਮਾਰੋ ਪ੍ਰਬੰਧਕ ਮੰਡਲ ਦੇ ਨਾਮ ਦੇ ਬਣਾ ਕੇ ਜੀ। ਸੱਤ ਲੱਖ ਤੋਂ ਘੱਟ ਨਹੀਂ ਹੁੰਦੀਆਂ, ਨਾਲੇ ਸਾਨੂੰ 25-25-3 ਹਜ਼ਾਰ ਰੁਪਏ ਦਾ ਟਿਕਟ ਖਰੀਦਣਾ ਪੈਣਾ ਹੈ। ਇਹ ਅੱਜ ਤੁਹਾਨੂੰ ਕੁਸ਼ਤੀਆਂ ਦਿਖਾਈਆਂ ਨੇ, ਬਹੁਤ ਵਧੀਆ ਕੁਸ਼ਤੀ ਹੈ ਜੀ। ਰਾਜੂ ਤੇ ਜੋਟੀ ਮੱਲੇ ਵਿੱਚ ਆਓ ਦੇਖੀ ਆ। ਵਾਹ ਜੀ ਵਾਹ, ਨਵੇਂ ਬਾਪੇ ਲਾਏ ਹੋਏ ਨੇ, ਆ ਦੂਰੇ ਦੂਰੋਂ ਕੋਸ਼ੀ ਪ੍ਰੇਮੀ ਸਾਡੀ ਕਮੈਂਟਰੀ ਚੋਲੀ ਆਏ ਹੋਏ ਨੇ, ਸਾਡੇ ਬੋਲਾਂ ਨੂੰ ਚੋਲੀ ਆਏ ਹੋਏ ਨੇ। ਇਹ ਭਾਈ ਸੌਣ ਵਾਲੇ ਦੀ ਕਿਰਪਾ ਹੈ।
ਜਿਹੜੀ ਸਾਡੇ ਵੋਟ ਤੁਹਾਡੇ ਸੰਗਤਾਂ ਦੇ ਕੰਨਾਂ ਵਿੱਚ ਪਏ ਨੇ, ਬੜੇ ਜ਼ੋਰ ਲੱਗੇ ਨੇ, ਮੁੱਲ ਵੋਟਾਂ ਸਾਰੇ ਪਹਿਲਵਾਨਾਂ ਨੇ, ਬਹੁਤ ਵਧੀਆ ਕੋਠੀਆਂ ਤੇ ਬਹੁਤ ਵਧੀਆ ਮਾਹੌਲ। ਅਦਰ ਦਲਜੀਤ ਪਹਿਲਵਾਨ ਜੀ, ਬਾਬਾ ਭਗਤੀ ਲਾਲ ਕੁਸ਼ੀ ਖਾੜਾ ਮਾਝੀ ਵੜਾ, ਉਹਨਾਂ ਦਾ ਸਵਾਗਤ ਕੀਤਾ। ਜਲਦੀ ਆਓ ਵਿੱਚ, ਜਲਦੀ ਜਲਦੀ ਆਓ ਵਿੱਚ, ਆਓ ਜੀ ਪਹਿਲਵਾਨ ਜੀ, ਜਲਦੀ ਦੇਖਦੇ ਜਿਹੜਾ ਤੁਹਾਡੇ ਛੋਟੇ ਸਦਾਬਾਰੀ ਵਾਲੀ ਕੁਰਸੀ ਪਾੜਦੇ ਹੋ ਚੱਲੀ ਹੈ।